ਛੋਟੀ ਜਿਹੀ ਚੀਜ਼ ਖਰੀਦਣ ਤੇ ਜਿੱਤ ਸਕਦੇ ਹੋ ਲੱਖਾਂ ਦੇ ਇਨਾਮ। ਇੱਕ ਪਰਸਨ ਨੂੰ ਸਮਾਨ ਦਿੱਤਾ ਜੀ, ਤਕਰੀਬਨ ਇਹਦੀ ਕੀਮਤ 51,000 ਰੁਪਈਆ ਜੀ। ਅੱਛਾ, 51,000 ਵਾਲਾ ਇਨਾਮ ਇੱਕ ਬੰਦੇ ਨੂੰ ਫ੍ਰੀ ਦੇ ਵਿੱਚ ਦਿੱਤਾ ਗਿਆ? ਬਿਲਕੁਲ ਜੀ, ਬਿਲਕੁਲ। ਪੱਕੀ ਗੱਲ ਹੈ ਨਾ, ਇਹ ਨਾ ਹੋਵੇ ਹੁਣ ਕੋਈ ਆਵੇ ਤੇ ਤੁਸੀਂ ਕਹੋ ਸਾਡੇ ਕੋਈ ਇਨਾਮ ਨਹੀਂ ਹੈਗੇ। ਨਹੀਂ ਜੀ ਨਹੀਂ, ਸਟਾਰਟ ਆਈ ਸਕੀਮ ਕੋਈ ਵੀ ਤੁਸੀਂ ਪਰਚੇਜ ਕਰੋ ਉਹਦੇ ਨਾਲ ਕੂਪਨ ਤੁਹਾਨੂੰ ਹੁਣੇ ਮਿਲੇਗਾ ਜੀ, ਬਿਲਕੁਲ ਫ੍ਰੀ। ਵਾਸ਼ਿੰਗ ਮਸ਼ੀਨ ਨਿਕਲੀ ਹੈ, ਲੈ ਕੇ ਕੀ ਗਏ ਸੀ? ਮਸ਼ੀਨ ਨਹੀਂ ਲਈ ਸੀ। ਮਸ਼ੀਨ ਲਈ ਸੀ, ਮਸ਼ੀਨ ਦੇ ਨਾਲ ਮਸ਼ੀਨ। ਹਾਂ ਜੀ ਹਾਂ। ਇਨਾਮ ਮਿਲਿਆ ਜੀ 500 ਕੂਪਨ ਸੀਗਾ ਜੀ 500 ਕੂਪਨ ਦੇ ਵਿੱਚ 101 ਬੰਦੇ ਨੂੰ ਇਨਾਮ ਮਿਲਿਆ ਜੀ ਲੋਕ ਕਿਸੇ ਵੀ ਐਡ ਦੇ ਉੱਤੇ ਪੈਸੇ ਖਰਚਦੇ ਹੈਗੇ ਨੇ, ਅਸੀਂ ਉਹ ਐਡ ਦੇ ਪੈਸੇ ਬਚਾ ਕੇ ਲੋਕਾਂ ਪਬਲਿਕ ਦੇ ਵਿੱਚ ਹੀ ਬਣਦੇ ਹੈਗੇ ਆ। ਇਸ ਟਾਈਮ ਗੋਇਲ ਫਰਨੀਚਰ ਐਂਡ ਇਲੈਕਟ੍ਰੋਨਿਕ ਹਰੇਕ ਬੰਦੇ ਨੂੰ ਪਤਾ, ਬੱਚੇ ਨੂੰ ਵੀ ਪਤਾ ਜੀ। ਫ੍ਰੀ ਦੇ ਵਿੱਚ ਕੂਪਨ ਦਿੱਤਾ ਗਿਆ ਸੀ? ਫ੍ਰੀ ਦੇ 2 ਕੂਪਨ ਦਿੱਤੇ ਸੀ। ਅੱਛਾ, ਤੇ ਕੀ ਜਿੱਤੇ ਆ ਵੀ ਤਾਂ ਦੱਸ ਦਿਓ। ਇੱਕ ਸੋਫਾ ਸੈੱਟ ਜੀ, ਇੱਕ ਬੈੱਡ, ਇੱਕ ਟੇਬਲ, ਪ੍ਰੈਸ ਟੇਬਲ ਇੱਕ, ਹਾਂ ਜੀ, ਬਾਕੀ ਗੱਦੇ ਆ ਜੀ। ਕੋਈ ਵੀ ਆਈਟਮ ਖਰੀਦੋ, ਲੱਕੀ ਡਰਾ ਦਾ ਕੂਪਨ ਫ੍ਰੀ ਲੈ ਕੇ ਜਾਓ ਔਰ ਫ੍ਰੀ ਦੇ ਵਿੱਚ ਇਨਾਮ ਪਾਓ ਲੱਖਾਂ ਦੇ। ਇਹ ਸੋਚਿਆ ਵੀ ਫ੍ਰੀ ਦੇ ਵਿੱਚ ਇਨਾਮ ਦੇਣੇ ਆ, ਪੈਸੇ ਲੈ ਕੇ ਤਾਂ ਹਰੇਕ ਬੰਦਾ ਦਿੰਦਾ। ਨਾਮ ਗੋਇਲ ਇਲੈਕਟ੍ਰੋਨਿਕਸ ਐਂਡ ਫਰਨੀਚਰ ਵਾਲੇ ਕੱਢਦੇ ਨੇ। ਆਉਣਾ ਚਾਹੀਦਾ, ਦੁਕਾਨਦਾਰ ਬਹੁਤ ਵਧੀਆ ਨੇ ਜੀ। ਕਦੇ ਸੋਚਿਆ ਕੋਈ ਛੋਟੀ ਜਿਹੀ ਚੀਜ਼ ਲੈ ਕੇ ਵੱਡੀ ਚੀਜ਼ ਮਿਲ ਸਕਦੀ ਹੈ? ਜੇ ਨਹੀਂ ਸੋਚਿਆ ਤੇ ਅੱਜ ਸੋਚ ਲਓ, ਕਿਉਂਕਿ ਛੋਟੀ ਜਿਹੀ ਚੀਜ਼ ਖਰੀਦਣ ਤੇ ਜਿੱਤ ਸਕਦੇ ਹੋ ਲੱਖਾਂ ਦੇ ਇਨਾਮ। ਬਿਲਕੁਲ ਸਹੀ ਸੁਣ ਰਹੇ ਹੋ, ਕਿਉਂਕਿ ਇਹ ਸਕੀਮ ਲੈ ਕੇ ਆ ਚੁੱਕੇ ਨੇ ਗੋਇਲ ਫਰਨੀਚਰ ਐਂਡ ਇਲੈਕਟ੍ਰੋਨਿਕਸ ਵਾਲੇ, ਜੋ ਕਿ ਰਾੜਾ ਸਾਹਿਬ ਦੇ ਵਿੱਚ ਨੇ।
ਇਹ ਤੁਹਾਡੇ ਲਈ ਇੱਦਾਂ ਦੇ ਆਫਰਸ ਕੱਢਦੇ ਹੋਏ ਨਜ਼ਰ ਆਏ ਨੇ ਅਤੇ ਅੱਜ ਇੱਕ ਹੋਰ ਜਿਹੜਾ ਇਹਨਾਂ ਨੇ ਲਾਸਟ ਟਾਈਮ ਆਫਰ ਕੱਢਿਆ ਸੀ ਕਿ ਉਸਦੇ ਵਿੱਚ 101 ਇਨਾਮ ਕੱਢੇ ਜਾਣਗੇ, ਸੋ 101 ਇਨਾਮ ਅੱਜ ਕੱਢੇ ਜਾ ਰਹੇ ਨੇ ਜਿਸ ਦੇ ਵਿੱਚ ਜੈਕਪੋਟ ਇਨਾਮ ਵੀ ਸ਼ਾਮਿਲ ਹੈ। ਸੋ ਅਗਲੇ ਵਿਨਰ ਤੁਸੀਂ ਵੀ ਹੋ ਸਕਦੇ ਹੋ ਕਿਉਂਕਿ ਅਗਲੇ ਡਰਾਅ ਦੀਆਂ ਡੇਟਸ ਵੀ ਨਿਕਲ ਚੁੱਕੀਆਂ ਨੇ। ਸੋ ਤੁਸੀਂ ਕੋਈ ਵੀ ਸ਼ੋਪਿੰਗ ਕਰੋਗੇ ਤਾਂ ਤੁਹਾਨੂੰ ਵੀ ਇੱਕ ਕੂਪਨ ਦਿੱਤਾ ਜਾਏਗਾ ਜਿਸ ਨੂੰ ਤੁਸੀਂ ਵੀ ਕਲੇਮ ਕਰ ਸਕਦੇ ਹੋ ਉਸ ਦਿਨ ਆ ਕੇ ਜਿਸ ਦਿਨ ਡਰਾਅ ਦੀ ਡੇਟ ਨਿਕਲੇਗੀ। ਸੋ ਆਓ ਅੰਦਰ ਚੱਲੀਏ, ਲੋਕਾਂ ਨਾਲ ਵੀ ਗੱਲਬਾਤ ਕਰਾਂਗੇ ਜੋ ਇਨਾਮ ਜਿੱਤਣ ਵਾਲੇ ਨੇ ਅਤੇ ਬਾਕੀ ਇਵੈਂਟ ਵੀ ਤੁਹਾਨੂੰ ਜ਼ਰੂਰ ਦਿਖਾਵਾਂਗੇ। ਪਰ ਇਨਾਮ ਬਹੁਤ ਸੋਹਣੇ ਨੇ, ਲਗਭਗ 5 ਲੱਖ ਰੁਪਏ ਦੇ ਇਨਾਮ ਨੇ ਜਿਹੜੇ ਪਬਲਿਕ ਨੂੰ ਹਰ ਵਾਰ ਦੀ ਤਰ੍ਹਾਂ ਫ੍ਰੀ 'ਚ ਕੱਢੇ ਜਾਣੇ ਆ। ਕੂਪਨ ਪਾਰਟੀ 'ਚ ਪੈਣ ਲੱਗੇ ਆ, ਜੇ ਕਿਸੇ ਨੇ ਚੈੱਕ ਕਰਨਾ ਆ ਕੇ ਕਰ ਸਕਦਾ, ਸਾਰਾ ਕੁਛ ਓਪਨ ਹੁੰਦਾ ਵਾ, ਤੁਹਾਨੂੰ ਪਤਾ ਹੀ ਆ। ਇਨਾਮ ਜਿਹਦੇ ਨਿਕਲ ਜਾਣਗੇ ਨਾਲ ਦੀ ਨਾਲ ਹੀ ਮੌਕੇ 'ਤੇ ਦੇਵਾਂਗੇ, ਜਿਹੜਾ ਹਾਜ਼ਰ ਨਹੀਂ ਹੋਊਗਾ ਉਹਨੂੰ ਉਹਦੇ ਘਰ ਭੇਜ ਦਿੱਤਾ ਜਾਊਗਾ ਇਨਾਮ। ਜੇ ਕਿਸੇ ਨੇ ਚੈੱਕ ਕਰਨਾ ਹੁਣ ਕਰ ਸਕਦਾ, ਕੂਪਨ ਪਾਰਟੀ 'ਚ ਪੈਣ ਤੋਂ ਬਾਅਦ ਕੋਈ ਹੱਲ ਨਹੀਂ ਹੈਗਾ, ਫੋਲਡ ਹੋ ਜਾਣੇ ਆ। 10-15 ਮਿੰਟਾਂ ਦੇ ਵਿੱਚ ਵਿੱਚ ਸਾਰਾ ਪ੍ਰੋਸੀਜਰ ਆਪਾਂ ਕੰਪਲੀਟ ਕਰਨਾ। ਤੁਹਾਡਾ ਵੀ ਸਮਾਂ ਬਹੁਤ ਕੀਮਤੀ ਆ, ਤੁਸੀਂ ਵੇਟ ਕਰ ਰਹੇ ਹੋ ਅਤੇ ਜੇ ਕਿਸੇ ਨੇ ਚੈੱਕ ਕਰਨਾ ਆ ਸਕਦਾ, ਅਦਰਵਾਈਜ਼ ਕੂਪਨ ਪਾਰਟੀ 'ਚ ਪੈ ਜਾਣੇ ਆ। ਗੱਲ ਇਹ ਆ ਜੀ, ਜਿਹੜੇ ਆਪਾਂ ਨਾਮ ਕੱਢਦੇ ਹੈਗੇ ਆ ਵੀ ਅਸੀਂ ਆਪਣੇ ਇਲਾਕੇ ਦੇ ਵਿੱਚ ਮਤਲਬ ਕਿ ਇਹ ਸੋਚਿਆ ਵੀ ਫ੍ਰੀ ਦੇ ਵਿੱਚ ਇਨਾਮ ਦੇਣੇ ਆ। ਪੈਸੇ ਲੈ ਕੇ ਤਾਂ ਹਰੇਕ ਬੰਦਾ ਦਿੰਦਾ, ਅਸੀਂ ਸੋਚਿਆ ਵੀ ਫ੍ਰੀ ਦੇ ਵਿੱਚ ਇਨਾਮ ਦੇਣੇ ਹੈਗੇ ਨੇ। ਔਰ ਜਿਹਦੇ ਵਿੱਚ ਇਹ ਹੈਗਾ ਵੀ ਸਾਡਾ ਸਿਰਫ ਨਾਮ ਬਣਾਉਣ ਦੀ ਖਾਤਰ 2-2.5 ਸਾਲ ਸਾਨੂੰ ਹੋਏ ਨੇ ਜੀ। ਔਰ ਇਲਾਕੇ ਦੇ ਵਿੱਚ ਇਸ ਟਾਈਮ ਗੋਇਲ ਫਰਨੀਚਰ ਐਂਡ ਇਲੈਕਟ੍ਰੋਨਿਕ ਹਰੇਕ ਬੰਦੇ ਨੂੰ ਪਤਾ, ਬੱਚੇ ਨੂੰ ਵੀ ਪਤਾ ਜੀ, ਮਤਲਬ ਕਿ ਹਾਂਜੀ। ਉਹਦੇ ਕਰਕੇ ਅਸੀਂ ਫ੍ਰੀ ਦੇ ਵਿੱਚ ਇਹ ਸਕੀਮ ਲਾਈ ਆ ਵੀ ਕੋਈ ਵੀ ਆਈਟਮ ਖਰੀਦੋ, ਲੱਕੀ ਡਰਾਅ ਦਾ ਕੂਪਨ ਫ੍ਰੀ ਲੈ ਕੇ ਜਾਓ ਔਰ ਫ੍ਰੀ ਦੇ ਵਿੱਚ ਇਨਾਮ ਪਾਓ ਲੱਖਾਂ ਦੇ। ਲੱਖਾਂ ਦੇ ਇਨਾਮ ਫ੍ਰੀ ਦੇ ਵਿੱਚ ਦੇਣ ਦਾ ਮਨ ਦੇ ਵਿੱਚ ਆਇਆ ਕਿੱਥੋਂ? ਬਸ ਇੱਕ ਆਈਡੀਆ ਆਇਆ ਜੀ ਵੀ ਲੋਕ ਕਿਸੇ ਵੀ ਐਡ ਦੇ ਉੱਤੇ ਪੈਸੇ ਖਰਚਦੇ ਹੈਗੇ ਨੇ, ਅਸੀਂ ਉਹ ਐਡ ਦੇ ਪੈਸੇ ਬਚਾ ਕੇ ਲੋਕਾਂ ਪਬਲਿਕ ਦੇ ਵਿੱਚ ਹੀ ਬਣਦੇ ਹੈਗੇ ਆ ਔਰ ਫ੍ਰੀ ਦੇ ਵਿੱਚ ਲੱਖਾਂ ਦੇ ਇਨਾਮ ਦਿੰਦੇ ਹੈਗੇ ਜੀ। ਤੇ ਅੱਜ ਲੱਕੀ ਡਰਾਅ ਕੱਢਿਆ ਗਿਆ ਸੀ ਤੇ ਕਿੰਨੇ ਲੋਕਾਂ ਨੂੰ ਇਨਾਮ ਦਿੱਤੇ ਗਏ ਨੇ? ਇਹ 101 ਬੰਦੇ ਨੂੰ ਇਨਾਮ ਮਿਲਿਆ ਜੀ, 500 ਕੂਪਨ ਸੀਗਾ ਜੀ, 500 ਕੂਪਨ ਦੇ ਵਿੱਚ 101 ਬੰਦੇ ਨੂੰ ਇਨਾਮ ਮਿਲਿਆ ਜੀ। 101 ਬੰਦਿਆਂ ਨੂੰ ਇਨਾਮ ਮਿਲ ਚੁੱਕਿਆ ਤੇ ਹੁਣ ਤੁਹਾਨੂੰ ਇਹ ਤੁਸੀਂ ਮੈਨੂੰ ਇਹ ਦੱਸੋ ਕਿ ਕਿੰਨੇ ਲੋਕਾਂ ਨੂੰ ਖੁਸ਼ੀ ਹੋਈ ਇੱਥੇ ਆ ਕੇ? ਬਹੁਤ ਜ਼ਿਆਦਾ ਜੀ, ਜਿੰਨੇ ਵੀ ਆਏ ਸਾਰੇ ਜਾਣੇ ਬਹੁਤ ਖੁਸ਼ ਸੀ। ਤੁਸੀਂ ਦੇਖ ਨਹੀਂ ਸਕਦੇ, ਕੈਮਰਾਮੈਨ ਨੂੰ ਦਿਖਾਊਂਗਾ ਵੀ ਆ ਜਿਨ੍ਹਾਂ ਨੂੰ ਇਨਾਮ ਨਿਕਲਿਆ ਹੈਗਾ ਉਹ ਆਪਣੇ ਕਹਿੰਦਾ ਮਤਲਬ ਆਪਣੇ ਕੋਲ ਹੀ ਖੜੇ ਹੈਗੇ ਨੇ ਇਨਾਮ ਲੈਣ ਦੇ ਵਾਸਤੇ, ਹੁਣ ਉਹਨਾਂ ਨੂੰ ਇਨਾਮ ਦਿੱਤਾ ਜਾਊਗਾ ਜੀ, ਤੁਹਾਡੇ ਸਾਹਮਣੇ ਕੈਮਰੇ ਦੇ ਵਿੱਚ ਦਿੱਤਾ ਜਾਊਗਾ ਇਨਾਮ, ਕੋਈ ਐਸੀ ਗੱਲ ਨਹੀਂ। ਸਰ ਜ਼ਰੂਰ ਇਹ ਮੈਂਸ਼ਨ ਕਰ ਦਿਓ ਕਿ ਹੁਣ ਮੈਂ ਸੁਣਿਆ ਅਗਲੀ ਸਕੀਮ ਵੀ ਕੱਢੀ ਜਾ ਰਹੀ ਹੈ ਤੇ ਹੁਣ ਫਿਰ ਤੋਂ ਕੂਪਨ ਦੇਣੇ ਸ਼ੁਰੂ ਹੋ ਚੁੱਕੇ ਹੋ? ਬਿਲਕੁਲ ਜੀ ਬਿਲਕੁਲ, ਹੁਣ ਨਵੇਂ ਕੂਪਨ ਸਟਾਰਟ ਹੈਗੇ ਨੇਗੇ, ਜਿਹੜਾ ਵੀ ਕੋਈ ਪਰਚੇਜ ਕਰੂਗਾ ਉਹਨੂੰ ਕੂਪਨ ਫ੍ਰੀ ਦੇ ਵਿੱਚ ਦਿੱਤਾ ਜਾਊਗਾ ਜੀ। ਜਿਹੜੀ ਵੀ ਕੋਈ ਇੱਕ ਆਈਟਮ ਲਊਗਾ ਘੱਟ ਤੋਂ ਘੱਟ 10,000 ਰੁਪਏ ਦੀ ਆਈਟਮ ਲਊਗਾ ਉਹਦੇ ਨਾਲ ਇੱਕ ਕੂਪਨ ਫ੍ਰੀ ਦੋ ਇੱਕ ਆਈਟਮ ਦੇ ਨਾਲ ਜੀ। ਸਰ ਮੈਂ ਸੁਣਿਆ ਤੇ ਜੈਕਪੋਟ ਇਨਾਮ ਵੀ ਨਿਕਲਦਾ, ਉਹਦੇ ਵਿੱਚ ਕੀ ਕੀ ਆਈਟਮਾਂ ਹੁੰਦੀਆਂ ਨੇ? ਜੈਕਪੋਟ ਦੇ ਵਿੱਚ ਇੱਕ ਮੈਂ ਤੁਹਾਨੂੰ ਦਿਖਾਈ ਸਕਦਾ ਜੀ, ਇੱਕ ਬੈੱਡ ਹੋ ਗਿਆ, ਇੱਕ ਸੋਫਾ ਸੈੱਟ ਹੋ ਗਿਆ, ਨਾਲ ਸੈਂਟਰ ਟੇਬਲ ਹੋ ਗਿਆ ਜੀ, ਪ੍ਰੈਸ ਟੇਬਲ ਹੋ ਗਿਆ ਤੇ ਇੱਕ ਮੈਟਰਸ ਹੋ ਗਿਆ ਜੀ। ਇਹ ਜੈਕਪੋਟ ਦੇ ਵਿੱਚ ਇਹ ਸਾਰਾ ਕੁਝ ਇੱਕ ਪਰਸਨ ਨੂੰ ਸਮਾਨ ਦਿੱਤਾ ਜੀ, ਤਕਰੀਬਨ ਇਹਦੀ ਕੀਮਤ 51,000 ਰੁਪਇਆ ਜੀ। ਅੱਛਾ, 51,000 ਵਾਲਾ ਨਾਮ ਇੱਕ ਬੰਦੇ ਨੂੰ ਫ੍ਰੀ ਦੇ ਵਿੱਚ ਦਿੱਤਾ ਗਿਆ? ਬਿਲਕੁਲ ਜੀ ਬਿਲਕੁਲ। ਇੱਦਾਂ ਹੀ ਬਹੁਤ ਸਾਰੇ ਹੋਰ ਨਾਮ ਤੁਹਾਡੇ ਸਾਹਮਣੇ ਦਿੱਤੇ ਗਏ ਨੇਗੇ, ਜਿਵੇਂ LED ਵਗੈਰਾ, ਫਰਿੱਜ ਵਗੈਰਾ ਹੋ ਗਏ, ਸਾਰੇ ਬੰਦੇ ਮਿਲਣੇ ਨੇ ਜੀ। ਮਤਲਬ ਜੇ ਕੋਈ 10,000 ਦੀ ਚੀਜ਼ ਲੈ ਕੇ ਜਾਂਦਾ 51,000 ਦਾ ਜੈਕਪੋਟ ਇਨਾਮ ਵੀ ਜਿੱਤ ਸਕਦਾ? ਬਿਲਕੁਲ ਜੀ ਜਿੱਤ ਸਕਦਾ ਜੀ, ਫ੍ਰੀ ਦੇ ਵਿੱਚ ਜੀ। ਪੱਕੀ ਗੱਲ ਹੈ ਨਾ, ਇਹ ਨਾ ਹੋਵੇ ਹੁਣ ਕੋਈ ਆਵੇ ਤੇ ਤੁਸੀਂ ਕਹੋ ਸਾਡੇ ਕੋਈ ਇਨਾਮ ਨਹੀਂ ਹੈਗੇ? ਨਹੀਂ ਜੀ ਨਹੀਂ, ਸਟਾਰਟ ਆ ਜੀ ਸਕੀਮ, ਕੋਈ ਵੀ ਤੁਸੀਂ ਪਰਚੇਜ ਕਰੋ ਉਹਦੇ ਨਾਲ ਕੂਪਨ ਤੁਹਾਨੂੰ ਹੁਣੇ ਮਿਲੇਗਾ ਜੀ, ਬਿਲਕੁਲ ਫ੍ਰੀ। ਇੰਨਾ ਹੀ ਨਹੀਂ, ਇਨਾਮ ਜਿੱਤਣ ਵਾਲਿਆਂ ਨਾਲ ਤੁਹਾਡੀ ਗੱਲਬਾਤ ਵੀ ਕਰਾ ਦਈਏ ਜਿਨ੍ਹਾਂ ਨੇ ਜਿੱਤਿਆ ਜੈਕਪੋਟ
ਇਨਾਮ ਜੈਕਪੋਟ ਇਨਾਮ ਦੇ ਵਿੱਚ ਕੀ ਕੀ ਚੀਜ਼ਾਂ ਆਉਂ ਆਪਾਂ ਅੰਕਲ ਤੋਂ ਜਾਣਦੇ ਹਾਂ ਅਤੇ ਇਹ ਵੀ ਜਾਣਦੇ ਹਾਂ ਕਿ ਉਹਨਾਂ ਨੇ ਖਰੀਦਿਆ ਕੀ ਸੀ। ਸਤਿ ਸ਼੍ਰੀ ਅਕਾਲ ਅੰਕਲ ਜੀ। ਸਤਿ ਸ਼੍ਰੀ ਅਕਾਲ। ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਜੀ। ਬਹੁਤ ਬਹੁਤ ਧੰਨਵਾਦ ਜੀ। ਹਾਂਜੀ ਅੰਕਲ, ਤੁਸੀਂ ਕੀ ਲੈ ਕੇ ਗਏ ਸੀ ਜਿੱਥੇ ਤੁਹਾਨੂੰ ਕੂਪਨ ਮਿਲਿਆ ਸੀ? ਅਸੀਂ ਕੱਪੜੇ ਧੋਣ ਵਾਲੀ ਮਸ਼ੀਨ ਲੈ ਕੇ ਸੀ, ਇੱਕ ਵਾਸ਼ਿੰਗ ਮਸ਼ੀਨ। ਹਾਂਜੀ ਹਾਂ, ਇੱਕ ਸੋਫਾ ਸੈੱਟ ਲੈ ਕੇ ਸੀ। ਅੱਛਾ, ਮਤਲਬ ਇਹਨਾਂ ਦੋਨਾਂ ਚੀਜ਼ਾਂ ਤੁਸੀਂ ਜਿਹੜੀਆਂ ਲੈ ਕੇ ਗਏ ਸੀ ਤੁਹਾਨੂੰ ਫ੍ਰੀ ਦੇ ਵਿੱਚ ਕੂਪਨ ਦਿੱਤਾ ਗਿਆ ਸੀ? ਫ੍ਰੀ ਦੇ ਦੋ ਕੂਪਨ ਦਿੱਤੇ ਸੀਗੇ ਜੀ। ਦੋ ਕੂਪਨ ਦਿੱਤੇ ਸੀ, ਮਤਲਬ ਪਰ ਆਈਟਮ ਤੇ ਇੱਕ ਕੂਪਨ? ਹਾਂਜੀ ਹਾਂ, 20-22 ਹਜ਼ਾਰ ਰੁਪਈਆ ਲੈ ਕੇ ਸੀ ਸਮਾਨ। 50-60 ਹਜ਼ਾਰ ਦਾ ਇਨਾਮ ਜਿੱਤ ਗਏ ਹੋ, ਕਿੱਦਾਂ ਦਾ ਲੱਗ ਰਿਹਾ? ਚਲੋ ਬਹੁਤ ਵਧੀਆ ਲੱਗਦਾ ਜੀ, ਬਹੁਤ ਵਧੀਆ। ਅੱਛਾ, ਤੇ ਕੀ ਕੀ ਜਿੱਤੇ ਆ ਵੀ ਤਾਂ ਦੱਸ ਦਿਓ। ਇੱਕ ਸੋਫਾ ਸੈੱਟ ਜੀ, ਇੱਕ ਬੈੱਡ, ਇੱਕ ਟੇਬਲ, ਬ੍ਰੈਸ ਟੇਬਲ ਇੱਕ, ਹਾਂਜੀ ਹਾਂ, ਬਾਕੀ ਗੱਦੇ ਆ ਜੀ। ਮਤਲਬ ਇੰਨਾ ਕੁਝ, ਉਹ ਵੀ ਤੁਸੀਂ 20-22 ਹਜ਼ਾਰ ਦੇ ਵਿੱਚ ਸਮਾਨ ਜਿਹੜਾ ਲੈ ਕੇ ਗਏ ਹੋ ਉਹਦੇ ਬਦਲੇ ਤੁਹਾਨੂੰ ਨਾਲ ਹੀ ਫ੍ਰੀ ਦਿੱਤਾ ਗਿਆ? ਹਾਂਜੀ ਹਾਂ, ਸਾਰਾ ਫ੍ਰੀ ਦਿੱਤਾ ਗਿਆ ਜੀ। ਪਹਿਲਾਂ ਵੀ ਕਦੇ ਤੁਸੀਂ ਇੱਥੇ ਆਏ ਹੋ ਗੋਇਲ ਫਰਨੀਚਰ ਦੇ? ਇੱਥੇ ਪਹਿਲੀ ਦਫਾ ਹੀ ਆਏ। ਪਹਿਲੀ ਦਫਾ? ਹਾਂਜੀ ਹਾਂ, ਪਹਿਲੀ ਦਫਾ ਹੀ ਇਨਾਮ ਜਿੱਤ ਕੇ? ਪਹਿਲੀ ਦਫਾ ਇਨਾਮ ਜਿੱਤੇ। ਹਾਂਜੀ, ਖੁਸ਼ੀ ਹੋ ਰਹੀ ਹੈ? ਹਾਂਜੀ, ਬਹੁਤ ਖੁਸ਼ੀ ਆ ਜੀ, ਬਹੁਤ ਖੁਸ਼ੀ ਆ। ਬਾਕੀ ਲੋਕਾਂ ਨੂੰ ਵੀ ਆਉਣਾ ਚਾਹੀਦਾ? ਹਾਂਜੀ ਆਉਣਾ ਚਾਹੀਦਾ, ਦੁਕਾਨਦਾਰ ਬਹੁਤ ਵਧੀਆ ਨੇ ਜੀ, ਸਾਡੇ ਗੁਆਂਢੀ ਨੇ ਲਾਪਰਾਂ ਤੋਂ, ਮੈਂ ਭੁੱਟੇ ਦਾ ਜੀ। ਠੀਕ ਹੈ ਜੀ, ਹਾਂਜੀ, ਤੁਹਾਡਾ ਨਾਮ ਵੀ ਜ਼ਰੂਰ ਦੱਸ ਦਿਓ। ਮਲਕੀਤ ਸਿੰਘ ਭੁੱਟਾ ਜੀ। ਮੇਰੇ ਪਿੱਛੇ ਬਹੁਤ ਸਾਰੇ ਲੋਕ ਤੁਹਾਨੂੰ ਨਜ਼ਰ ਆ ਰਹੇ ਹੋਣਗੇ, ਆਪਾਂ ਸਾਰਿਆਂ ਨੂੰ ਪੁੱਛਾਂਗੇ ਕਿਉਂਕਿ ਇਹਨਾਂ ਸਾਰਿਆਂ ਦੇ ਕੁਝ ਨਾ ਕੁਝ ਨਾਮ ਨਿਕਲੇ ਨੇ, ਸੋ ਆਓ ਸ਼ੁਰੂਆਤ ਕਰ ਦਿੰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੀ ਨਾਮ ਲੈ ਕੇ ਚੱਲੇ ਹੋ ਅੱਜ? ਮੇਰੇ ਭਰਾ ਨੂੰ ਨਿਕਲੇ ਡਿਨਰ ਸੈੱਟ ਬਟਾਰੀ ਤੋਂ। ਤੇ ਹਾਂਜੀ, ਮੇਰਾ ਪਿੰਡ ਸ਼ਹਿਰ ਤੋਂ ਨਿਕਲੇ ਮੈਨੇ ਥਰਮੋਸ਼। ਕੀ ਨਿਕਲਿਆ ਜੀ? ਥਰਮੋਸ਼। ਥਰਮੋਸ ਵੀ ਨਿਕਲੀ ਹੈ ਜੀ, ਠੀਕ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਤੁਹਾਨੂੰ ਕੀ ਮਿਲਿਆ ਜੀ? ਮੈਨੂੰ ਟੇਬਲ ਮਿਲਿਆ ਜੀ, ਪ੍ਰੈਸ ਕਰਨਾ ਹੈ। ਪ੍ਰੈਸ ਟੇਬਲ ਆਏ ਕਿੱਥੋਂ? ਬਟਾਰੀ ਤੋਂ ਆਏ ਜੀ। ਤੁਹਾਨੂੰ ਕੀ ਨਿਕਲਿਆ ਜੀ? ਐਲਈਡੀ ਨਿਕਲੀ ਹੈ। ਐਲਈਡੀ ਨਿਕਲੀ, ਲਿਆ ਕੀ ਸੀ ਤੁਸੀਂ? ਬੈੱਡ ਲਏ ਸੀਗੇ। ਬੈੱਡ ਲਏ ਸੀ ਤੇ ਐਲਈਡੀ ਫ੍ਰੀ? ਹਾਂਜੀ। ਕਿੰਨੀ ਖੁਸ਼ੀ ਹੋ ਰਹੀ ਹੈ? ਬਹੁਤ ਖੁਸ਼ੀ ਹੋ ਰਹੀ ਹੈ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਤੁਹਾਡਾ? ਰਮਨਦੀਪ ਸਿੰਘ ਜੀ। ਰਮਨ ਜੀ, ਕੀ ਨਿਕਲਿਆ ਗਿਫਟ ਦੇ ਵਿੱਚ? ਸੋਫੇ ਨਿਕਲੇ ਨੇ ਜੀ। ਸੋਫੇ ਨਿਕਲੇ, ਲੈ ਕੇ ਕੀ ਗਏ ਸੀ? ਮੈਟਰ ਆ ਜੀ। ਮੈਟਰਸ ਲੈ ਕੇ ਗਏ ਸੀ? ਕਿੰਨੇ ਦਾ ਵਰਤ, ਕਿੰਨੇ ਮਤਲਬ ਕਿੰਨੇ ਰੁਪਏ ਖਰਚ ਕੇ ਤੁਸੀਂ ਲੈ ਕੇ ਗਏ ਸੀ? ਇਹ 10,000 ਦੇ ਨੇੜੇ। 10,000 ਦੇ ਵਿੱਚ ਹੁਣ ਤੁਹਾਨੂੰ ਮਿਲਿਆ ਕੀ ਹੈ? ਸੋਫੇ। ਸੋਫੇ, ਹੁਣ ਖੁਸ਼ੀ ਹੋ ਰਹੀ ਹੈ? ਹਾਂਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੁਹਾਨੂੰ ਤਾਂ ਜੈਕਪੋਟ ਮਿਲਿਆ ਹੈ, ਕਿੰਨੀ ਖੁਸ਼ੀ ਹੋ ਰਹੀ ਹੈ? ਬਹੁਤ ਖੁਸ਼ੀ ਆ ਜੀ, ਬਹੁਤ ਖੁਸ਼ੀ। ਸਤਿ ਸ਼੍ਰੀ ਅਕਾਲ ਅੰਕਲ ਜੀ। ਅੰਕਲ, ਤੁਹਾਨੂੰ ਕੀ ਨਿਕਲਿਆ ਗਿਫਟ ਦੇ ਵਿੱਚ? ਕੱਪੜੇ ਧੋਣ ਵਾਲੀ ਮਸ਼ੀਨ ਨਿਕਲੀ ਪਹਿਲੇ। ਵਾਸ਼ਿੰਗ ਮਸ਼ੀਨ ਨਿਕਲੀ ਹੈ, ਲੈ ਕੇ ਕੀ ਗਏ ਸੀ? ਮਸ਼ੀਨ ਹੀ ਲਈ ਸੀ ਪਹਿਲੇ। ਮਸ਼ੀਨ ਲਈ ਸੀ, ਮਸ਼ੀਨ ਦੇ ਨਾਲ ਮਸ਼ੀਨ? ਹਾਂਜੀ ਹਾਂਜੀ। ਕਿੰਨੀ ਖੁਸ਼ੀ ਹੋ ਰਹੀ ਹੈ? ਬਹੁਤ ਖੁਸ਼ੀ ਹੋ ਰਹੀ ਹੈ। ਫ੍ਰੀ ਵਾਲੇ ਦੀ ਜਾਂ ਪਹਿਲਾਂ ਵਾਲੀ ਮਸ਼ੀਨ ਦੀ? ਨਾ, ਫ੍ਰੀ ਵਾਲੀ ਵਾਲੀ। ਹਾਂਜੀ ਹਾਂਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੁਹਾਨੂੰ ਕੀ ਨਾਮ ਮਿਲਿਆ ਜੀ? ਥਰਮੋਸ ਨਿਕਲੇ ਜੀ। ਥਰਮੋਸ ਨਿਕਲੇ, ਲੈ ਕੇ ਕੀ ਗਏ ਸੀ? ਐਲਸੀਡੀ ਲੈ ਕੇ ਗਏ ਸੀ। ਐਲਸੀਡੀ ਲੈ ਕੇ ਗਏ ਸੀ, ਠੀਕ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਤੁਹਾਨੂੰ ਕੀ ਨਿਕਲਿਆ? ਸਾਨੂੰ ਵੀ ਥਰਮੋਸ ਨਿਕਲੇ ਜੀ। ਥਰਮੋਸ ਨਿਕਲੀ ਹੈ, ਲੈ ਕੇ ਕੀ ਗਏ ਸੀ? ਬੈਟਰ ਲੈ ਗਏ ਸੀ, ਠੀਕ ਹੈ ਜੀ। ਸੋ ਇਹਨਾਂ ਨੂੰ ਤਾਂ ਬਹੁਤ ਸਾਰੇ ਇਨਾਮ ਮਿਲ ਚੁੱਕੇ ਨੇ, ਸੋ ਅਗਲੇ ਜੈਕਪੋਟ ਦੇ ਵਿਨਰ ਤੁਸੀਂ ਵੀ ਹੋ ਸਕਦੇ ਹੋ, ਤੇ ਹੋਰ ਵੀ 101 ਇਨਾਮ ਨੇ, ਤੁਸੀਂ ਵੀ ਲੈ ਸਕਦੇ ਹੋ। ਬਸ ਕਰਨਾ ਕੀ ਹੈ, ਤੁਸੀਂ ਗੋਇਲ ਫਰਨੀਚਰ ਐਂਡ ਇਲੈਕਟ੍ਰੋਨਿਕਸ ਤੇ ਆਣਾ, ਕੋਈ ਸਮਾਨ ਖਰੀਦਣਾ 10,000 ਤੱਕ ਦਾ, ਤੇ ਉਸ ਤੋਂ ਬਾਅਦ ਤੁਹਾਨੂੰ ਫ੍ਰੀ ਦੇ ਵਿੱਚ ਇੱਕ ਕੂਪਨ ਦਿੱਤਾ ਜਾਏਗਾ, ਜਿਸ ਨੂੰ ਜਦੋਂ ਡਰਾ ਕੱਢਿਆ ਜਾਏਗਾ ਤੇ ਤੁਹਾਡੇ ਵੀ ਲੱਕੀ ਡਰਾ ਦੇ ਵਿੱਚ ਜਿੱਤ ਸਕਦੇ ਹੋ ਤੁਸੀਂ ਵੀ ਕੋਈ ਵੀ ਆਈਟਮ। 101 ਆਈਟਮਸ ਹੋਣਗੀਆਂ, ਸੋ ਤੁਸੀਂ ਵੀ ਜ਼ਰੂਰ ਇੱਕ ਵਾਰ ਵਿਜ਼ਿਟ ਕਰੋ, ਕਿਉਂਕਿ ਅਗਲੇ ਵਿਨਰ ਤੁਸੀਂ ਵੀ ਹੋ ਸਕਦੇ ਹੋ। ਤੇ ਹੋਰ ਅਪਡੇਟਸ ਦੇਖਦੇ ਰਹੋ ਦ ਸਿਟੀ ਹੈਡਲਾਈਨਸ।